मोबाइल फोन का कैमरा हमेशा खब्बे पासे क्यों होता है? साडा नक किन्ने हजार स्मेल नु सुंघ सकता है? कि दूध पीना सेहत दे लई हानिकारक है? तुसी आसमानी बिजली नु कई बार डिगदे देखिया होवेगा, पर की तुसी कदे सोचिया है कि आसमानी बिजली क्यों डिगदी है? अजिही रोचक तथ जानने लई जुड़े रहो मेरे नाल। मैं तुहाडा होस्ट जसप्रीत सिंह, तुसी देख रहे हो ज्योति। कुड़ियां अपने आप नूं सोहना दिखाउण दे लई बहुत कुछ करदियां हन। इह अपनी गुत तों लै के पैरां तक बहुत कुछ करदियां ने, ते इह अपनी हाइट ते अपना स्टैंडर्ड उच्चा दिखाउण दे लई अपने पैरां दे विच बहुत महंगे हील पाउंदियां ने। हुण तुहानूं दिखाउंदे आ कि जेकर किसी कुड़ी ते हील पाई हुई हुंदी है तां उसदा एक्सरा किस तरह दा आउंदा है। इस दे नाल पता वी लगदा है कि ज़्यादा हील पाउण दे की नुकसान हन। ऐसा हर एक चीज का हल नहीं होता, इस दे बारे तां तुसीं कई लोगों तो सुनिया होगा, पर असलियत की है आपां सारे जानते हाँ। पर पैसा मिलने तो बाद भी कुछ लोग इन्ने ज्यादा मूर्ख होंगे ने कि जिहड़े कंगाल दे कंगाल ही रहिंदे हन। हुण तुहानूं मिलाउंदे हां सुशील कुमार दे नाल, जिहड़े कि केबीसी जाने कि कौन बनेगा करोड़पति दे विच 5 करोड़ रुपया जितते सन। 5 करोड़ जितने तो बाद इन्होंने कुछ कंपनियां दे विच पैसा इनवैसट कर दिता बिना उन्हां दा बैकग्राउंड जाने। ते सुशील कुमार ने कुछ पैसे अपने दोस्तों भी दिते, जिहड़े उसके दोस्तों ने कदे भी उसनूं वापस नहीं किए। बाकी का बचिया हुआ पैसा इसने उड़ा दिता। ते अजकल सुशील कुमार दुध वेचण दा काम करदा है, ते इस नूं देख के हुण कोई भी कह नहीं सकदा कि इह आदमी किसे टाइम करोड़पति सी। इस लई इक गल हमेशा याद रखना कि पैसे नूं कदे भी वेस्ट नहीं करना चाहीदा। ਇਹ ਜਿਹੜਾ ਫੈਕਟ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਕਾਫੀ ਕਮਾਲ ਦਾ ਫੈਕਟ ਹੈ। 1965 ਦੇ ਵਿੱਚ ਰੋਜਨ ਨਾਮ ਦਾ ਲੜਕਾ ਇੱਕ ਬੀਚ ਦੇ ਉੱਪਰ ਤੈਰ ਰਿਹਾ ਸੀ। ਉਦੋਂ ਹੀ ਇੱਕ ਪਾਣੀ ਦੀ ਬਹੁਤ ਵੱਡੀ ਲਹਿਰ ਆਉਂਦੀ ਹੈ ਤੇ ਉਸ ਨੂੰ ਪਾਣੀ ਦੇ ਵਿੱਚ ਡੁਬਾ ਦਿੰਦੀ ਹੈ, ਤੇ ਕਾਫੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਉੱਥੋਂ ਦੀ ਲਾਈਫਗਾਰਡ ਐਲਿਸ ਬਲੇਸ ਉਸ ਨੂੰ ਬਚਾ ਲੈਂਦੀ ਹੈ। ਉਸੇ ਦਿਨ ਹੀ ਰੋਜਨ ਇਹ ਵੀ ਤੈਅ ਕਰ ਲੈਂਦਾ ਹੈ ਕਿ ਉਹ ਵੀ ਵੱਡਾ ਹੋ ਕੇ ਲਾਈਫਗਾਰਡ ਹੀ ਬਣੇਗਾ ਤੇ ਲੋਕਾਂ ਦੀ ਜਾਨ ਬਚਾਏਗਾ। ਤੇ 8 ਸਾਲਾਂ ਦੇ ਬਾਅਦ ਇਹ ਲੜਕਾ ਰੋਜਨ ਲਾਈਫਗਾਰਡ ਬਣ ਜਾਂਦਾ ਹੈ, ਤੇ ਉਹੀ ਬੀਚ ਦੇ ਉੱਪਰ ਐਕਸਪੀਰੀਅੰਸ ਦੇ ਲਈ ਕੰਮ ਕਰਨ ਲੱਗਦਾ ਹੈ। ਤੇ ਇੱਕ ਦਿਨ ਰੋਜਨ ਉਹੀ ਬੀਚ ਦੇ ਉੱਪਰ ਇੱਕ ਡੁੱਬ ਰਹੇ ਬਜ਼ੁਰਗ ਆਦਮੀ ਨੂੰ ਬਚਾਉਂਦਾ ਹੈ, ਤੇ ਸਰਪ੍ਰਾਈਜ਼ਲੀ ਉਸ ਨੂੰ ਪਤਾ ਲੱਗਦਾ ਹੈ ਕਿ ਉਸਨੇ ਜਿਹੜੇ ਬਜ਼ੁਰਗ ਨੂੰ ਬਚਾਇਆ ਹੈ ਕਿ ਉਹ ਐਲਿਸ ਦਾ ਪਤੀ ਹੈ। ਐਲਿਸ ਉਹੀ ਲਾਈਫਗਾਰਡ ਸੀ ਜਿਸਨੇ ਇੱਕ ਦਿਨ ਇਸ ਬੱਚੇ ਨੂੰ ਬਚਾਇਆ ਸੀ। ਇਸ ਲਈ ਹਮੇਸ਼ਾ ਇੱਕ ਗੱਲ ਯਾਦ ਰੱਖੋ ਕਿ ਜੈਸੀ ਕਰਨੀ ਵੈਸੀ ਭਰਨੀ, ਜੇਕਰ ਤੁਸੀਂ ਚੰਗਾ ਕਰੋਗੇ ਤਾਂ ਤੁਹਾਡੇ ਨਾਲ ਵੀ ਜ਼ਰੂਰ ਚੰਗਾ ਹੋਵੇਗਾ। ਤੁਸੀਂ ਯਕੀਨ ਨਹੀਂ ਕਰੋਗੇ ਕਿ ਓਰੀਓ ਜਿਹੜੀ ਬਿਸਕੁਟਾਂ ਦੀ ਕੰਪਨੀ ਹੈ, ਇਸਨੇ ਆਪਣਾ ਇੱਕ ਪਰਸਨਲ ਪ੍ਰਾਈਵੇਟ ਐਸਟ੍ਰੋਇਡ ਪ੍ਰੂਫ ਬੰਕਰ ਬਣਾਇਆ ਹੈ ਜਿਸ ਦੇ ਅੰਦਰ ਓਰੀਓ ਬਿਸਕੁਟ ਦੀ ਸੀਕ੍ਰੇਟ ਰੈਸਪੀ ਰੱਖੀ ਹੋਈ ਹੈ, ਤੇ ਇਸ ਦੇ ਅੰਦਰ ਕਈ ਟਨ ਓਰੀਓ ਫ੍ਰੀਜ ਕਰਕੇ ਰੱਖੇ ਹੋਏ ਹਨ। ਉਹਨਾਂ ਨੇ ਅਜਿਹਾ ਇਸ ਕਰਕੇ ਕੀਤਾ ਹੈ ਕਿ ਜੇਕਰ ਧਰਤੀ ਦੇ ਉੱਪਰ ਕੋਈ ਕਲੈਪਸ ਆਉਂਦਾ ਹੈ ਤਾਂ ਆਉਣ ਵਾਲੀ ਪੀੜ੍ਹੀ ਓਰੀਓ ਬਿਸਕੁਟਾਂ ਨੂੰ ਖਾ ਸਕੇ। ਲੈਦਰ ਦੀ ਵਰਤੋਂ ਗੈਰ ਕਾਨੂੰਨੀ ਹੋਣੀ ਚਾਹੀਦੀ ਹੈ, ਪਰ ਕਿਸੇ ਕਾਰਨ ਇਹ ਗੈਰ ਕਾਨੂੰਨੀ ਨਹੀਂ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਲੈਦਰ ਬਣਦਾ ਕਿਵੇਂ ਹੈ? ਇਹ ਬਣਦਾ ਹੈ ਜੀ ਮਾਸੂਮ ਤੇ ਬੇਜਵਾਨੇ ਜਾਨਵਰਾਂ ਦੀ ਚਮੜੀ ਤੋਂ, ਤੇ ਅਸੀਂ ਇਨਸਾਨ ਇਹ ਗੰਦਾ ਕੰਮ ਆਪਣੇ ਫੈਸ਼ਨ ਦੇ ਲਈ ਕਰਦੇ ਹਾਂ। ਪਰ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਟੈਕਸਸ ਦੇ ਇਹ ਦੋਨੇ ਭਰਾਵਾਂ ਨੇ ਇੱਕ ਕਮਾਲ ਦੀ ਖੋਜ ਕੀਤੀ ਹੈ। ਉਹਨਾਂ ਨੇ ਇੱਕ ਅਜਿਹਾ ਲੈਦਰ ਬਣਾਇਆ ਹੈ ਜਿਹੜਾ ਕਿ ਕੈਕਟਸ ਤੋਂ ਤਿਆਰ ਹੁੰਦਾ ਹੈ, ਤੇ ਇਸ ਲੈਦਰ ਨੂੰ ਤੁਸੀਂ ਆਪਣੀ ਮਨਮਰਜ਼ੀ ਦੇ ਅਨੁਸਾਰ ਅਲੱਗ-ਅਲੱਗ ਤਰ੍ਹਾਂ ਦੇ ਰੰਗ ਵੀ ਦੇ ਸਕਦੇ ਹੋ। ਭਾਵ ਕਿ ਲੈਦਰ ਦਾ ਲੈਦਰ ਵੀ ਬਣ ਗਿਆ ਤੇ ਕਿਸੇ ਜਾਨਵਰ ਨੂੰ ਨੁਕਸਾਨ ਵੀ ਨਹੀਂ ਹੋਇਆ। ਜੇਕਰ ਕਿਸੇ ਕੋਲ ਲੋ ਐਂਡ ਫੋਨ ਹੈ, ਜਾਨੀ ਕਿ ਜਿਹਦੇ ਵਿੱਚ ਛੋਟਾ ਪ੍ਰੋਸੈਸਰ ਹੁੰਦਾ ਹੈ, ਤਾਂ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਕੋਈ ਗੇਮ ਖੇਡਦੇ ਹੋਏ ਜਾਂ ਫਿਰ ਜ਼ਿਆਦਾ ਪਾਵਰ ਵਾਲੀ ਕੋਈ ਚੀਜ਼ ਕਰਦੇ ਹੋਏ ਤੁਹਾਡਾ ਫੋਨ ਹੈਂਗ ਜਾਨੀ ਕਿ ਫ੍ਰੀਜ ਹੋ ਜਾਂਦਾ ਹੈ। ਜੇਕਰ ਤੁਹਾਡਾ ਫੋਨ ਇਸ ਤਰ੍ਹਾਂ ਹੈਂਗ ਹੁੰਦਾ ਹੈ ਤਾਂ ਇਸ ਨੂੰ ਹੈਂਗ ਹੋਣ ਤੋਂ ਬਾਅਦ ਤੁਸੀਂ ਜਦੇ ਚਾਰਜਰ ਦੇ ਉੱਪਰ ਲਗਾ ਦਿਓ, ਤੁਹਾਡਾ ਫੋਨ ਫਿਰ ਤੋਂ ਵਰਕ ਕਰਨ ਲੱਗੇਗਾ। ਦੁਨੀਆ ਦੇ ਸਭ ਤੋਂ ਵੱਡੇ ਹੀਰੇ ਨੂੰ ਅਫਰੀਕਾ ਤੋਂ ਇੰਗਲੈਂਡ 3 ਸਮੁੰਦਰੀ ਜਹਾਜ਼ ਅਤੇ 400 ਸੈਨਿਕਾਂ ਦੀ ਮੌਜੂਦਗੀ ਦੇ ਵਿੱਚ ਲੈ ਕੇ ਗਏ ਸਨ, ਤੇ ਫਿਰ ਵੀ ਇਹ ਤਿੰਨੇ ਸਮੁੰਦਰੀ ਜਹਾਜ਼ਾਂ ਦੇ ਉੱਪਰ ਹਮਲਾ ਹੋ ਗਿਆ, ਤੇ ਹਮਲਾਵਾਰਾਂ ਨੂੰ ਇਹਨਾਂ ਤਿੰਨੇ ਸਮੁੰਦਰੀ ਜਹਾਜ਼ਾਂ 'ਚੋਂ ਕਿਸੇ ਦੇ ਵਿੱਚੋਂ ਵੀ ਹੀਰਾ ਨਹੀਂ ਮਿਲਿਆ। ਤੇ ਇੰਗਲੈਂਡ ਪਹੁੰਚਣ ਤੋਂ ਬਾਅਦ ਪਤਾ ਲੱਗਿਆ ਕਿ ਸਰਕਾਰ ਨੇ ਹੀਰੇ ਨੂੰ ਸਮੁੰਦਰੀ ਜਹਾਜ਼ਾਂ ਰਾਹੀਂ ਨਹੀਂ ਬਲਕਿ ਪੋਸਟ ਮੇਲ ਰਾਹੀਂ ਭੇਜ ਦਿੱਤਾ ਸੀ, ਤੇ ਇਹ ਸਮੁੰਦਰੀ ਜਹਾਜ਼ ਤਾਂ ਸਿਰਫ ਧਿਆਨ ਭੜਕਾਉਣ ਦੇ ਲਈ ਭੇਜੇ ਗਏ ਸਨ। ਕੀ ਪਹਿਲਾਂ ਤੁਸੀਂ ਕਦੇ ਮਹਾਨ ਵਿਗਿਆਨੀ ਆਇਨਸਟਾਈਨ ਦੀ ਲਾਸਟ ਫੋਟੋ ਜਾਨੀ ਕਿ ਆਖਰੀ ਫੋਟੋ ਦੇਖੀ ਹੈ? ਜੇਕਰ ਨਹੀਂ ਦੇਖੀ ਤਾਂ ਇਹ ਦੇਖੋ, ਇਹ ਆਇਨਸਟਾਈਨ ਦੀ ਮੌਤ ਤੋਂ ਪਹਿਲਾਂ ਦੀ ਫੋਟੋ ਹੈ। ਇਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਫੋਟੋ ਨਹੀਂ ਕਰਵਾਈ ਸੀ। ਜਿਹੜੀ ਫੋਟੋ ਤੁਸੀਂ ਹੁਣ ਦੇਖ ਰਹੇ ਹੋ ਇਹ ਨਿਕੋਲਸ ਟੈਸਲਾ ਦੀ ਫੋਟੋ ਹੈ, ਇਹਨਾਂ ਦੀ ਮੌਤ ਤੋਂ ਥੋੜਾ ਸਮਾਂ ਪਹਿਲਾਂ ਦੀ ਹੈ। ਇਹ ਬਹੁਤ ਜ਼ਿਆਦਾ ਮਹਾਨ ਵਿਗਿਆਨੀ ਸਨ, ਪਰ ਇਹਨਾਂ ਦੀਆਂ ਕਈ ਖੋਜਾਂ ਥੋਮਸ ਐਡੀਸਨ ਨੇ ਚੋਰੀ ਕਰ ਲਈਆਂ ਸੀ। ਜੇਕਰ ਤੁਸੀਂ ਆਪਣੇ ਚਿਹਰੇ ਦੇ ਉੱਪਰ ਗਲੋ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਟ੍ਰਿਕ ਜ਼ਰੂਰ ਵਰਤਣੀ ਚਾਹੀਦੀ ਹੈ। ਤੁਸੀਂ ਜਿਸ ਪਾਣੀ ਦੇ ਨਾਲ ਨਹਾਉਂਦੇ ਹੋ ਉਸ ਦੇ ਵਿੱਚ ਥੋੜਾ ਜਿਹਾ ਨਮਕ ਪਾ ਲਓ, ਕਿਉਂਕਿ ਨਮਕ ਇੱਕ ਕਲੀਨਜ਼ਿੰਗ ਐਲੀਮੈਂਟ ਹੈ ਜਿਹੜਾ ਕਿ ਤੁਹਾਡੇ ਚਿਹਰੇ ਤੋਂ ਡੈੱਡ ਸੈੱਲ ਨੂੰ ਰਿਮੂਵ ਕਰ ਦਿੰਦਾ ਹੈ, ਤੇ ਇਸ ਦੇ ਨਾਲ ਤੁਹਾਡੇ ਚਿਹਰੇ ਦੇ ਉੱਪਰ ਇੱਕ ਨੈਚੁਰਲ ਗਲੋ ਆ ਜਾਂਦਾ ਹੈ। ਜਿਹੜਾ ਫੈਕਟ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਬਹੁਤ ਹੀ ਦਿਲਚਸਪ ਜਾਂ ਕਹੀਏ ਇੰਟਰਸਟਿੰਗ ਫੈਕਟ ਹੈ। ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਧਰਤੀ ਦੇ ਉੱਪਰ ਇੱਕ ਦਿਨ 24 ਘੰਟੇ ਦਾ ਹੁੰਦਾ ਹੈ, ਪਰ ਤੁਹਾਨੂੰ ਇਹ ਜਾਣ ਕੇ ਕਾਫੀ ਜ਼ਿਆਦਾ ਹੈਰਾਨੀ ਹੋਵੇਗੀ ਕਿ ਮਰਕਰੀ ਗ੍ਰਹਿ ਦੇ ਉੱਪਰ ਇੱਕ ਦਿਨ 1408 ਘੰਟੇ ਦਾ ਹੁੰਦਾ ਹੈ। ਤੁਸੀਂ ਅੱਜ ਤੱਕ ਕਈ ਚੀਜ਼ਾਂ ਨੂੰ ਸੁੰਘਿਆ ਹੋਵੇਗਾ, ਪਰ ਕੀ ਤੁਹਾਨੂੰ ਪਤਾ ਹੈ ਕਿ ਇਨਸਾਨੀ ਨੱਕ ਕਿੰਨੀਆਂ ਸਮੈਲ ਸੁੰਘ ਸਕਦਾ ਹੈ? ਆਪਣੇ ਵਿੱਚੋਂ ਜ਼ਿਆਦਾਤਰ ਲੋਕਾਂ ਦਾ ਜਵਾਬ ਹੋਵੇਗਾ 80-90 ਜਾਂ ਜ਼ਿਆਦਾ ਤੋਂ ਜ਼ਿਆਦਾ 500, ਪਰ ਅਸਲ ਦੇ ਵਿੱਚ ਇਨਸਾਨੀ ਨੱਕ 1 ਟ੍ਰਿਲੀਅਨ ਸਮੈਲ ਨੂੰ ਸੁੰਘ ਸਕਦਾ ਹੈ।
गूगल अपने कर्मचारियों का बहुत ज्यादा ख्याल रखता है, इस गल का तो पता ही होगा, पर तुम ये नहीं जानते हो कि जेकर गूगल के काम करते किसी कर्मचारी की मौत हो जाती है उस इंसान की वाइफ या उसके हसबैंड उसकी इनकम का अद्धा हिस्सा सारी उम्र दिता जाता है। जेकर इन्होंने बच्चों की उम्र 19 साल तो घट हो हर महीने इन्हों $1,000 अलग तो दिता जाता है। आपां सारिआं ने अज तक यही सुनिया है कि दुध साडी सेहत दे लई बहुत ज़्यादा लाभकारी हुंदा है, पर की तुसीं जाणदे हो दुध दे विच कई अजिहे हारमोनस हुंदे हन जिस दे कारण इंसान नूं हार्ट अटैक आ सकदा है। जेकर तुसीं ज़्यादा दुध पीने हो तां एक टाइम दे बाद तुहानूं हार्ट अटैक आउण दे चांस 60% वध जांदे हन। ਤੁਹਾਨੂੰ ਪਤਾ ਹੀ ਹੋਵੇਗਾ ਕਿ ਵਿਦੇਸ਼ਾਂ ਜਾਨੀ ਕਿ ਫੋਰਨ ਦੇ ਵਿੱਚ ਲੋਕਾਂ ਨੂੰ ਸੂਰ ਖਾਣਾ ਬਹੁਤ ਜ਼ਿਆਦਾ ਪਸੰਦ ਹੈ। ਡੈਨਮਾਰਕ ਦੇ ਵਿੱਚ ਇੱਕ ਵਾਰ ਇੰਨੇ ਜ਼ਿਆਦਾ ਸੂਰ ਬਰੀਡ ਕਰਾਏ ਗਏ ਕਿ ਉੱਥੇ ਚਾਰੇ ਪਾਸੇ ਸੂਰ ਹੀ ਸੂਰ ਹੋ ਗਏ ਤੇ ਡੈਨਮਾਰਕ ਦੇ ਵਿੱਚ 1997 ਦੇ ਵਿੱਚ ਸੂਰਾਂ ਦੀ ਜਨਸੰਖਿਆ ਇਨਸਾਨਾਂ ਦੇ ਨਾਲੋਂ ਕਿਤੇ ਵੱਧ ਹੋ ਗਈ ਸੀ। ਜਦੋਂ ਤੋਂ ਧਰਤੀ ਦੀ ਖੋਜ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਧਰਤੀ ਨੇ ਕਰੋੜਾਂ ਵਾਰ ਹੀ ਸੂਰਜ ਦਾ ਚੱਕਰ ਲਗਾ ਦਿੱਤਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਪਲੂਟੋ ਗ੍ਰਹਿ ਜਿਸ ਦੀ ਖੋਜ 1930 ਦੇ ਵਿੱਚ ਹੋਈ ਸੀ, ਇਸ ਗ੍ਰਹਿ ਨੇ ਅੱਜ ਤੱਕ ਸੂਰਜ ਦਾ ਇੱਕ ਵੀ ਚੱਕਰ ਨਹੀਂ ਲਗਾਇਆ ਹੈ। ਉਹ ਆਪਣੇ ਸੂਰਜ ਦਾ ਪਹਿਲਾ ਚੱਕਰ 23 ਮਾਰਚ 2178 ਨੂੰ ਪੂਰਾ ਕਰੇਗਾ। ਇਸ ਦਾ ਕਾਰਨ ਇਹ ਹੈ ਕਿ ਪਲੂਟੋ ਗ੍ਰਹਿ ਸੂਰਜ ਤੋਂ ਬਹੁਤ ਜ਼ਿਆਦਾ ਦੂਰ ਹੈ। ਜੇਕਰ ਤੁਹਾਡਾ ਨੌ ਜਾਣੀ ਕਿ ਨੇਲ ਜੜ ਤੋਂ ਲੈ ਕੇ ਸਿਰੇ ਤੱਕ ਨਿਕਲ ਜਾਵੇ ਤਾਂ ਉਸ ਨੂੰ ਦੁਬਾਰਾ ਆਉਣ ਦੇ ਲਈ 6 ਮਹੀਨੇ ਲੱਗ ਜਾਂਦੇ ਹਨ। जानवर कई तरह के होंगे जिमें कि मैमल और स्पाइसिस। की तुहानू पता है कि मैमल ग्रुप के इंसान ही एक अजिही प्रजाति है जिहड़ा कि खाना खाना और साह लेना दोनों काम इकट्ठे कर सकता है, बाकी कोई भी मैमल अजिहा नहीं कर सकता। तुसी एक बार इस इजिप्शियन स्टैचू नू देखो ते हुणे फोटो देखो की तुहानू कुछ एको जिहा लग रहा है। यह माइकल जैक्सन की फोटो सी ते जिहड़ा स्टैचू मैं तुहानू दिखाया सी ओह शिकागो दे एक अजायब घर दे विच पिया है। यह स्टैचू लगभग 3000 साल पुराना है ते यह उत्थों दा राजा सी, पर हैरानी की गल तां यह है कि यह स्टैचू बिल्कुल माइकल जैक्सन की तरह दिखाई दिंदा है। तुसी लोकां दे उपर असमानी बिजली तां डिगदी जरूर देखी होवेगी, पर आखिरकार यह असमानी बिजली डिगदी क्यों है इस दे पिछे एक छोटी जी साइंस है। बदलां दे विच वाटर पार्टिकल हुंदे ने जिहड़े कि एक दूजे दे नाल रगड़ खाण दे नाल चार्ज हो जांदे हन, ते जदों बदलां दे विच इह नेगेटिव अते पॉजिटिव पार्टिकल आपस विच मिलदे हन तां बिजली पैदा हुंदी है। ते जेकर इस समय तुसीं खुले असमान दे विच अपने फोन ते गल कर रहे होवोगे तां इस दे बहुत ज़्यादा चांस ने कि बिजली तुहाडे उपर डिगेगी। जमीन दीआं कई चीज़ां भी नेगेटिवली जां पॉजिटिवली चार्ज हो जांदियां ने, इस करके बिजली उहनां दे उपर डिग पैंदी है। इस टाइम भी तुहाडे हाथ दे विच फोन होएगा क्योंकि तुसीं इह वीडियो फोन दे उपर ही देख रहे होवोगे। हुण तुसीं इह चीज़ देखो कि तुहाडा फ्रंट कैमरा जां तां विचकार होवेगा जां सज्जे हाथ जाने के राइट दे विच होवेगा, वह कदे भी खब्बे हाथ नहीं होवेगा। इसका कारण यह है कि इंसान के दिमाग नूं मनोविज्ञानिकली ही जिहड़ी चीज़ सज्जे हाथ तों खब्बे हाथ नूं जांदी है उही सही लगती है। जिवें कि तुसीं वीडियो गेम दे विच भी देखिया होवेगा कि उस गेम का करैक्टर हमेशा सज्जे हाथ तों खब्बे हाथ नूं ही जांदा है। यह एक लॉजिक ही है कि इंसान के दिमाग नूं हमेशा सज्जा पासा जाने के राइट साइड ही सही लगता है। इसका दूजा कारण भी है कि ज्यादातर फोनों के खब्बे पासे इनबिल्ट स्पीकर होता है जिस कारण भी फोन का कैमरा सज्जे पासे होता है। यह सी जिस दुनिया के आप रहने उसके बारे कुछ रोचक तत्व हम साड़ी वीडियो किदा लिखी कमेंट करके जरूर दसना। साडे यूट्यूब के चैनल जो टीवी जरूर सबसक्राइब करना, फेसबुक के पेज जो टीवी जरूर फॉलो करना। धन्यवाद।